ਸਤਿ ਸ਼੍ਰੀ ਅਕਾਲ ਜੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਪਹਿਲੀ ਕੈਬਨਿਟ ਦੇ ਵਿੱਚ ਹੀ 26000 ਨੌਕਰੀਆਂ ਅਪਰੂਵ ਕੀਤੀਆਂ ਗਈਆਂ ਸੀ ਤੇ ਰੋਜ਼ ਪੰਜਾਬ ਦੇ ਅਖਬਾਰ ਦੇ ਵਿੱਚ ਤੁਹਾਨੂੰ ਦੋ ਕਿਸਮ ਦੀਆਂ ਖਬਰਾਂ ਦੇਖਣ ਨੂੰ ਮਿਲਣ ਗਿਆ ਇੱਕ ਰੋਜ਼ ਕਿਸੇ ਨਾ ਕਿਸੇ ਨੂੰ ਜੁਆਇਨਿੰਗ ਲੈਟਰ ਮਿਲਦਾ ਜਾਂ ਰੋਜ਼ ਕੋਈ ਨਵੀਂ ਰਿਕਰੂਟਮੈਂਟ ਦੀ ਐਡ ਆਉਂਦੀ ਹੈ ਪੰਜਾਬ ਦੇ ਉਹ ਨੌਜਵਾਨ ਜੋ ਨਾ ਉਮੀਦ ਹੋ ਚੁੱਕੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਸਰਕਾਰੀ ਨੌਕਰੀਆਂ ਖਤਮ ਹੀ ਹੋ ਗਈਆਂ ਬਾਹਰ ਦਾ ਰਸਤਾ ਦੇਖ ਰਹੇ ਸੀ ਹੁਣ ਉਹ ਸਾਰੇ ਨੌਜਵਾਨਾਂ ਦੇ ਅੰਦਰ ਇੱਕ ਉਮੀਦ ਜਾਗੀ ਹੈ ਉਹ ਸਾਰੇ ਨੌਜਵਾਨ ਦਿਨ ਰਾਤ ਮਿਹਨਤ ਕਰਕੇ ਤਿਆਰੀ ਕਰ ਰਿਹਾ ਜੀ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਸਿੱਖਿਆ ਵਿਭਾਗ ਦੇ ਵਿੱਚ ਹੀ ਭਰਤੀਆਂ ਦੀ ਜਿਹਨੂੰ ਕਹਿ ਸਕਦੇ ਕਿ ਸਾਡੇ ਕੋਲ ਬਹੁਤ ਸਾਰੇ ਸਕੂਲ ਨੇ ਜਿਹੜੇ ਜਿੱਥੇ ਟੀਚਰਾਂ ਦੀ ਬਹੁਤ ਵੱਡੀ ਕਮੀ ਹੈ ਪਿਛਲੀਆਂ ਸਰਕਾਰਾਂ ਨੇ ਭਰਤੀਆਂ ਹੀ ਨਹੀਂ ਕੀਤੀਆਂ ਇਸ ਕਰਕੇ ਇਕੱਲੇ ਸਿੱਖਿਆ ਵਿਭਾਗ ਦੇ ਵਿੱਚ ਹੀ 20000 ਦੇ ਕਰੀਬ ਭਰਤੀਆਂ ਹੋ ਰਹੀਆਂ ਤੇ ਸਭ ਤੋਂ ਪਹਿਲੀ ਭਰਤੀ 6835 ईटीटी ਟੀਚਰਸ ਦੀ ਜਿਹੜੀ ਸਾਡੇ ਪ੍ਰਾਇਮਰੀ ਟੀਚਰਸ ਹੈ ਉਹ ਟੋਟਲੀ ਕੰਪਲੀਟ ਕਰ ਲਈ ਗਈ ਹੈ ਉਨਾ ਵਿੱਚੋਂ 5900 ਟੀਚਰ ਆਲਮੋਸਟ 5900 ਟੀਚਰ 5096 ਐਗਜ਼ੈਕਟ ਟੀਚਰਸ ਇਸ ਵਕਤ ਪੜਾ ਰਹੇ ਨੇ ਜੀ 1539 ਦਾ ਪ੍ਰੋਸੈਸ ਚੱਲ ਰਿਹਾ ਤੇ ਅੱਜ 361 ਬੱਚੇ ਜਿਨ੍ਹਾਂ ਦੀ ਵੇਟਿੰਗ ਸੀ ਅੱਜ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਤੇ ਉਹਨਾਂ ਵਿੱਚੋਂ 10 ਬੱਚਿਆਂ ਨੂੰ ਸੀਐਮ ਸਾਹਿਬ ਪੰਜਾਬ ਦੇ ਹੋਂ ਤੱਕ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਹੱਥੋਂ ਤੋਂ ਨਿਯੁਕਤੀ ਪੱਤਰ ਦਿੱਤੇ ਆ ਤੇ ਉਹਨਾਂ ਨੂੰ ਕਿਹਾ ਕਿ ਆਓ ਹੁਣ ਆਪਾਂ ਪੰਜਾਬ ਦੀ ਨਵੀਂ ਇਬਾਰਤ ਲਿਖੀਏ ਕਿਉਂ ਲਈ ਸਾਡੇ ਸਕੂਲੀ ਹੈ ਜੋ ਪੰਜਾਬ ਦਾ ਨਵਾਂ ਪੁਖ ਲਖਣਗੇ ਅੱਜ ਤੱਕ ਇਹ ਵਿਭਾਗ ਸਿਰਫ ਧਰਨੇ ਵਾਲਾ ਵਿਭਾਗ ਰਿਹਾ ਪਰ ਹੁਣ ਇਹ ਪੰਜਾਬ ਦੀ ਨਵੀਂ ਕਿਸਮਤ ਲਿਖਣ ਵਾਲਾ ਵਿਭਾਗ ਬਣੂਗਾ ਤੇ ਨਾਲ ਹੀ ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ 4100 ਮਾਸਟਰ ਕੈਡਰ ਦਾ ਪੇਪਰ ਵੀ ਪਰਸੋਂ ਹੋ ਰਿਹਾ ਤਾਂ ਜਾਨੀ ਕਿ 5 ਮਹੀਨਿਆਂ ਦੇ ਵਿੱਚ 10000 ਤੋਂ ਵੱਧ ਭਰਤੀਆਂ ਸਿਰਫ ਸਿੱਖਿਆ ਵਿਭਾਗ ਦੇ ਵਿੱਚ ਤੇ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀ ਭਰਤੀਆਂ ਮਾਸਟਰ ਕੈਡਰ ਦੀਆਂ 8000 ਦੀਆਂ ਅਸੀਂ ਲੈ ਕੇ ਆ ਰਹੇ ਹਾਂ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਸਾਡੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਹੋ ਸਕਣ ਤੇ ਸਾਡੇ ਸਕੂਲ ਹਰ ਤੇ ਸਾਡੇ ਸਕੂਲ ਪੰਜਾਬ ਦੀ ਨਵੀਂ ਕਿਸਮਤ ਲਿਖਣ ਬਹੁਤ-ਬਹੁਤ ਧੰਨਵਾਦ